ਕਰਿਏ தਰਮਰਮ ਜੀ ਆ ਤੁਸੀਂ ਗੱਲ ਕੀਤੀ ਹੈ ਅਨੁਵਾਦ ਕੀਤਾ ਹੈ ਜਬ ਜੀ ਸਾਹਿਬ ਤੇ ਸੁਖਨੇ ਸਾਹਿਬ ਜੀ ਦਾ ਤੇ ਤੁਸੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਇੱਕ ਕਵਿਤਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਲਿਖੀ ਹੈ ਉਸ ਦੇ ਬਾਰੇ ਸਾਨੂੰ ਥੋੜਾ ਦੱਸੋ ਜੀ ਜਰੂਰ ਜਰੂਰੀ ਇਹ ਤਾਂ ਮੇਰਾ ਭਾਗ ਹੈ ਜਦੋਂ ਮੈਂ ਪਹਿਲੀ ਵਾਰ ਸ੍ਰੀ ਹਰਮਿੰਦਰ ਸਾਹਿਬ ਗਿਆ ਸੀ ਤਾਂ ਮੈਨੂੰ ਅਹਿਸਾਸ ਹੋਇਆ ਸੀ ਸ਼ਾਂਤੀ ਪਾਉਣ ਲਈ ਸ੍ਰੀ ਹਰਮਿੰਦਰ ਸਾਹਿਬ ਤੋਂ ਵੱਧ ਕੇ ਪਵਿੱਤਰ ਸਥਾਨ ਕੋਈ ਹੋ ਨਹੀਂ ਸਕਦਾ ਜੀ ਜੀ ਪਰਮਾਤਮਾ ਦੀ ਮੌਜੂਦਗੀ ਨੂੰ ਮੈਂ ਸ੍ਰੀ ਹਰਮਿੰਦਰ ਸਾਹਿਬ ਦੇ ਹਰ ਕਣ ਕਣ ਵਿੱਚ ਮਹਿਸੂਸ ਕੀਤਾ ਸ੍ਰੀ ਗੁਰਗਨ ਸਾਹਿਬ ਨੂੰ ਸ੍ਰੀ ਗੁਰਗਨ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਰੋਵਰ ਦੇ ਕੰਢੇ ਤੇ ਬੈਠ ਕੇ ਕੀਰਤਨ ਰਾਹੀ ਗੁਰੂ ਵਾਕਿਆਂ ਸੁਣਨ ਮੇਰੇ ਲਈ ਇੱਕ ਯਾਦਗਾਰ ਪਲ ਸੀ ਕੀਰਤਨ ਸੁਣਦਿਆਂ ਸਾਨੂੰ 2 ਘੰਟੇ ਹੋ ਸਕੇ ਸਨ ਦਿਲ ਹਾਲੇ ਹੋਰ ਬੈਠਣ ਲਈ ਕਹਿ ਰਹੇ ਸੀ ਉਸ ਪਵਿੱਤਰ ਸਰੋਵਰ ਦਾ ਨਜ਼ਾਰਾ ਮੈਨੂੰ ਇਸ ਤਰ੍ਹਾਂ ਜਪਦਾ ਸੀ ਜਿਵੇਂ ਦੁਨੀਆ ਪਰ ਦੀ ਪਵਿੱਤਰ ਨਦੀ ਦਾ ਸੰਗਮ ਹੋ ਗਿਆ ਹੋਵੇ ਇਹ ਕੁੰਕਾਰ ਸਰੂ ਸ੍ਰੇਸ਼ਟ ਹੈ दुनिया दी सारे जीव जंतु उस वाहेगुरु दे कृपा नाल इस धरती ते मौजूद हैं। कोई भी इंसान जेकर एक बार श्री हरमिंदर साहब दे दर्शन कर लावे ता वो सच्चा सिख बनेगा सिख दा पाव है सिखण वाला सिख दा पाव है सिखण वाला मैं ता श्री हरमिंदर साहब दे दर्शन करके सच्चाई मानवता ਅਤੇ ਸੇਵਾ ਪਾਉਨ ਨੂੰ ਰੱਖਣ ਵਾਲਾ ਸੱਚਾ ਸਿੱਖ ਬਣ ਗਿਆ ਹਾਂ ਬੇਸ਼ੱਕ ਹੋ ਸਕਦਾ ਹੈ ਮੈਂ ਸਿੱਖ ਤਰਮਿਤੀ ਸਾਰੇ ਰਹਿਤ ਮਰਿਆਦਾ ਦਾ ਪਾਲਨ ਨਹੀਂ ਕਰ ਹੋਏਗਾ ਪਰ ਮੈਂ ਤਾਂ ਦਿਨ ਵਿੱਚ ਕਈ ਵਾਰ ਜਪਦਾ ਏਕ ਓੰਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸਾਈਂ ਗੁਰ ਪ੍ਰਸਾਦ ਯਾਹ ਬਾਤ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਔਰ ਬਹੁਤ ਮਾਣ ਮਹਿਸੂਸ ਹੁੰਦਾ ਤੁਹਾਨੂੰ ਮਿਲ ਕੇ ਤੁਹਾਡੀ ਇਹੋ ਜਿਹੀ ਗੱਲਾਂ ਸੁਣ ਕੇ ਜੇ ਤੁਸੀਂ ਇਹ ਤਾਂ ਸਾਨੂੰ ਦੱਸਿਆ ਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦਾ ਔਰ ਬਹੁਤ ਸਾਰੇ ਧਾਰਮਿਕ ਗਿਆਨ ਦਾ ਪੰਜਾਬੀ ਤੋਂ ਕੰਨੜ ਦੇ ਵਿੱਚ ਅਨੁਵਾਦ ਕੀਤਾ ਔਰ ਇੱਕ ਤਰੀਕੇ ਦੇ ਨਾਲ ਮੈਨੂੰ ਇਹ ਲੱਗ ਰਿਹਾ ਕਿ ਤੁਸੀਂ ਇੱਕ ਪੁਲ ਦਾ ਕੰਮ ਕਰ ਰਹੇ ਹੋ ਕਰਨਾਟਕਾ ਤੇ ਪੰਜਾਬ ਦਾ ਮੇਲ ਕਰਵਾਉਣ ਦੇ ਵਿੱਚ ਸੋ ਇਸ ਹੀ ਦੇ ਦੂਸਰੇ ਅਸੀਂ ਪੱਖ ਦੇਖੀਏ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦਾ ਜਿਹੜੀਆਂ ਕੰਨੜ ਦੀਆਂ ਕਿਤਾਬਾਂ ਨੇ ਉਹਨਾਂ ਦਾ ਵੀ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ ਸਾਨੂੰ ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ ਜਰੂਰ ਜਰੂਰ ਦੇਖੋ ਜੀ ਬਹੁਤ ਸਾਰੇ ਸੰਤਾ ਤੇ ਮਹਾਤਮਾ ਦੇ ਬਾਣੀ ਨੂੰ ਜੀ ਕੰਨੜ ਪਾਸ਼ਾ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਜਿਨ੍ਹਾਂ ਜਿਨ੍ਹਾਂ ਵਿੱਚ ਅੱਲੰਭ ਪ੍ਰਭੂ ਜੀ ਅਕਮਾ ਦੇਵੀ ਜੀ ਵਚਨ ਸਾਹਿਤ ਦੀ ਗੱਲ ਕਰੇ ਜੋ ਵਚਨ ਸਾਹਿਤਕਾਰ ਅਕਮਾ ਦੇਵੀ ਬਸਵੰਨਾ ਅੱਲੰਭ ਪ੍ਰਭੂ ਬੀਮਾ ਸ਼ੰਕਰ ਮਹਾਰਾਜ ਤੇ ਦਾਸ ਸਾਹਿਤ ਤੋਂ ਮੈਂ ਪੁਰੰਦਰ ਦਾਸ ਜੀ ਮੈਂ ਸਾਰੀ ਜਾਨ ਦੇਣ ਪੁਰੰਦਰ ਦਾਸ ਤੇ ਕਨਕ ਦਾਸ ਦੀ ਬਾਣੀ ਨੂੰ ਮੈਂ कन्नड़ भाषा तो पंजाबी अनुवाद किए क्योंकि बारहवीं सदी दे सूफीवाद ते वचन साहित्य की बहुत मेल खाते है यही मैं कोशिश की थी कि ये धार्मिक भाव पावना पावे वो कर्नाटक हुए पावे पंजाब हुए धार्मिक पावना या रूहानियत एक ही है हर साथ इसलिए मैं पंजाबी कर्नाटक तो पंजाबी अनुवाद करके ये दसने कोशिश कर रहा ਕੀ ਮਾਨਵੀਅਤਾ ਹੂੰ ਰੂਹਾਨੀਅਤ ਹਰ ਥਾਤੇ ਇੱਕ ਹੈ ਤਾਂ ਇੱਕ ਰੱਬ ਹੈ ਇਸ ਤਰ੍ਹਾਂ ਦੀ ਗੱਲ ਮਤਲਬ ਤੁਸੀਂ ਇਹਨੂੰ ਸਰਹੱਦਾਂ ਦੇ ਵਿੱਚ ਬੰਨ ਨਹੀਂ ਸਕਦੇ ਨਹੀਂ ਬਣ ਸਕਦੇ ਇੱਕ ਜੁਟ ਹੋਣਾ ਹੈ ਇੱਕ ਦਿਨ ਸਭ ਨੂੰ ਐਗਜ਼ਿਟ ਹੋਣਾ ਹੈ ਜੀ ਇਹ ਇਹ ਇਹਹੀ ਗੱਲ ਇਹ ਅਨੁਵਾਦ ਵਿੱਚ ਹੈ ਜੀ ਜੀ ਪੰਡਿਤ ਰਾਜ ਜੀ ਇੱਥੇ ਗੱਲ ਪੁੱਛਣਾ ਚਾਹਾਂਗੀ ਕਿ ਤੁਸੀਂ ਪੰਜਾਬੀ ਧਾਰਮਿਕ ਸਾਹਿਤ ਨੂੰ ਕੰਨੜ ਦੇ ਵਿੱਚ ਤੇ ਕੰਨੜ ਦੇ ਧਾਰਮਿਕ ਸਾਹਿਤ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਇਹ ਧਾਰਮਿਕ ਸਾਹਿਤ ਦੇ ਉੱਤੇ ਤੁਹਾਡਾ ਕਿਉਂ ਕੇਂਦ੍ਰਿਤ ਹੈ ਧਿਆਨ ਕਿ ਹੋਰ ਵੀ ਬਹੁਤ ਸਾਰੇ ਸਾਹਿਤ ਨੇ ਸਾਡੇ ਇਸ ਪੰਜਾਬ ਦੇ ਵੀ ਤੇ ਕੰਨੜ ਦੇ ਵੀ ਜੀ ਇਹ ਇਹ ਤਾਂ ਰੱਬ ਦਾ ਮਿਹਰ ਹੈ ਜੇ ਮੈਨੂੰ ਜੇ ਰੱਬ ਖਿੱਚ ਲੈਂਦੇ ਜੇ ਰੱਬ ਕਰਵਾਉਂਦਾ ਹੈ ਮੈਂ ਉਹ ਕੁਝ ਨਹੀਂ ਕਰ ਸਕਦੇ ਹੁੰਦੇ ਸੀ ਮੇਰਾ ਮੇਰਾ ਪਾਪਾ ਟੀਚਰ ਸਕੂਲ ਟੀਚਰਸ ਹਨ ਤੇ ਉਹ ਮੈਨੂੰ ਹਮੇਸ਼ਾ ਪ੍ਰਭੂ ਪ੍ਰਭੂ ਕੀ ਹੈ ਗੁਰੂ ਕੀ ਹੈ ਇਹ ਗੱਲ ਕਰਦੇ ਰਹਿੰਦੇ ਸਨ ਉਸ ਵਕਤ

ਬਹੁਤ ਸਾਰਾ ਧਾਰਮਿਕ ਗਿਆਨ ਜਿਹੜਾ ਹੈਗਾ ਉਹ ਤੁਸੀਂ ਅਨੁਵਾਦ ਉਹਦਾ ਕੀਤਾ ਹੈ ਪਰ ਇੱਕ ਚੀਜ਼ ਹੋਰ ਅਸੀਂ ਨਹੀਂ ਆਖੋ ਪਰੋਖੇ ਕਰ ਸਕਦੇ ਕਿ ਤੁਸੀਂ ਬਹੁਤ ਸਾਰੀਆਂ ਅਖਬਾਰਾਂ ਵਾਸਤੇ ਵੀ ਲਿਖਦੇ ਰਹੇ ਹੋ ਤੁਹਾਨੂੰ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਜੀ ਜੀ ਅਖਬਾਰ ਦੇ ਵਿੱਚ ਲਿਖਣ ਦੀ ਵੀ ਲੋੜ ਬਹੁਤ ਹੈ ਕਿਉਂਕਿ ਆਮ ਲੋਕ ਤੱਕ ਕੁਝ ਸੰਦੇਸ਼ ਪਹੁੰਚਾਉਣ ਦੀ ਲੋੜ ਹੈ ਜੀ ਮੈਂ ਬਹੁਤ ਕੁਝ ਮੁੱਦੇ ਤੇ ਲਿਖਿਆ ਹੈ ਜੀ ਇੱਕ ਲੇਖ ਲਿਖਿਆ ਸੀ ਜਾਗੋ ਪੰਜਾਬੀ ਔਰਤੋ ਜਾਗੋ ਜੀ ਇਸ ਵੇਲੇ ਅਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਰਹੇ ਹਾਂ ਸਾਨੂੰ ਦੱਸੋ ਕਿ ਕਿਸ ਬਾਰੇ ਸੀ ਲੇਖ हां तो जागो पंजाबी औरतों जागो इस दिवस में ये लिखे हैं सी पंजाब दी औरत जी पूरे इतिहास देवे जी इतिहास दे हर पन्ने विच शांत है हम्म सिर्फ माय पागो नु छड़ के कोई भी पंजाबी औरत